ਪੰਜਾਬੀ ਕਵਰਨ ਦੇ ਵਿੱਚ ਸਾਰਿਆਂ ਦਾ ਰਿਗਾ ਸਵਾਗਤ ਹੈ ਮੈਂ ਤੁਹਾਡਾ ਦੋਸੇ ਉਸ ਪਰਮਜੀਤ ਸਿੰਘ ਭਗਨਾ ਨੂੰ ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਵੱਡੀਆਂ ਖਬਰਾਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਵਿਸਥਾਰ ਦੇ ਨਾਲ ਹੁਣ ਵਿਆਹ ਚ ਨਹੀਂ ਲਿਜਾ ਸਕੋਗੇ ਪੰਜਾਬ ਬੰਦਿਆ ਤੋਂ ਜ਼ਿਆਦਾ ਦੀ ਬਰਾਤ ਪੰਜਾਬ ਚ ਮੋੜ ਲੱਗ ਸਕਦਾ ਹੈ ਲੋਕਡਾਊਨ ਸਿਹਤ ਮੰਤਰੀ ਦਾ ਦਾਵਾ ਕੇਂਦਰੀ ਆਰਡੀਨੈਂਸ ਕਿਸਾਨ ਵਿਰੋਧੀ ਕਰਾਰ ਅਕਾਲੀ ਦਲ ਸਹਿਮਤੀ ਤੋਂ ਬਾਹਰ ਮੋਦੀ ਸਰਕਾਰ ਬਿਨਾ ਗਾਰੰਟੀ ਦੇ ਦੇ ਰਹੀ ਹੈ 50 ਹਜ਼ਾਰ ਦਾ ਲੋਨ 10 ਕਰੋੜ ਲੋਕ ਲੈ ਸਕਦੇ ਨੇ ਲਾਭ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸੀਬੀਐਸਸੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮਾਂ ਰੱਦ ਜ਼ਮੀਨ ਪੁੱਡਾ ਹਵਾਲੇ ਕਰਨ ਦੇ ਵਿਰੋਧ ਚ ਆਮ ਆਦਮੀ ਪਾਰਟੀ ਨੇ ਕੀਤਾ ਰੋਸ਼ ਪ੍ਰਦਰਸ਼ਨ ਹਣ ਖਬਰਾਂ ਵਿਸਤਾਰ ਨਾਲ ਕੇਂਦਰ ਸਰਕਾਰ ਨੇ ਦਿਸ਼ਾ ਨਿਰਦੇਸ਼ਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਵਿੱਚ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ 50 ਵਿਅਕਤੀਆਂ ਨੂੰ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਆਗਿਆ ਦਿੱਤੀ ਗਈ ਹੈ ਹਾਈ ਕੋਰਟ ਨੇ ਹਰਿਆਣਾ ਪੰਜਾਬ ਚੰਡੀਗੜ੍ਹ ਤੇ ਕੇਂਦਰ ਸਰਕਾਰ ਨੂੰ ਪਟੀਸ਼ਨ ਕਰਤਾ ਜੂਨੇ ਬੇਨਤੀ ਕੀਤੀ ਹੈ ਇਸ ਫੈਸਲੇ ਦੇ ਉੱਪਰ ਨਵਾਂ ਆਦੇਸ਼ ਜਾਰੀ ਹੋ ਗਿਆ ਪਟੀਸ਼ਨ ਕਰਤਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸੋਧ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਤਰ੍ਹਾਂ ਦੇ ਆਦੇਸ਼ ਦੇਣੇ ਚਾਹੀਦੇ ਅਤੇ 25 ਤੋਂ ਵੱਧ ਲੋਕ ਬਰਾਤ ਦੇ ਵਿੱਚ ਨਹੀਂ ਸ਼ਾਮਲ ਹੋ ਸਕਦੇ ਬਰਾਤ ਵਿੱਚ 25 ਹੀ ਲੋਕ ਜਾ ਸਕਦੇ ਨੇ ਹਾਈ ਕੋਰਟ ਨੇ ਹਰਿਆਣਾ ਪੰਜਾਬ ਚੰਡੀਗੜ੍ਹ ਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜੋ ਪਟੀਸ਼ਨਰ ਨੇ ਉਹਨਾਂ ਵੱਲੋਂ ਪੇਸ਼ ਕੀਤੀ ਗਈ ਨਮੈਂਦਗੀ ਬਾਰੇ ਫੈਸਲਾ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਰਾਜਾ ਵਾਸਤੇ ਲੋਕਡਾਊਨ 5 ਬਾਰੇ ਗਾਈਡਲਾਈਨਾਂ ਜਾਰੀ ਕੀਤੀਆਂ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵੱਧ ਤੋਂ ਵੱਧ 50 ਲੋਕ ਵਿਆਹ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਸ਼ਾਮਲ ਹੋ ਸਕਦੇ ਆ ਤੇ ਇਸ ਤਰ੍ਹਾਂ ਦੀ ਆਗਿਆ ਦਿੱਤੀ ਗਈ ਸੀ ਤੇ ਪਟੀਸ਼ਨ ਕਰਤਾ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਦਾਜ ਵਿਰੋਧੀ ਐਕਟ ਲਾਗੂ ਹੈ ਜਿਸ ਦੇ ਤਹਿਤ ਵੱਧ ਤੋਂ ਵੱਧ 25 ਲੋਕ ਜਿਹੜੇ ਕਿ ਬਰਾਦ ਦੇ ਤੌਰ ਤੇ ਵਿਆਹ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਪਟੀਸ਼ਨਕਰਤਾ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ 50 ਲੋਕਾਂ ਦੀ ਆਗਿਆ ਦਿੱਤੀ ਹੈ ਤੇ ਹਰਿਆਣਾ ਦੇ ਪੰਜਾਬ ਵਰਗੇ ਰਾਜਾਂ ਚ ਪ੍ਰਬੰਧਾਂ ਨੂੰ ਨਹੀਂ ਵੇਖਿਆ ਜਿਸ ਕਰਕੇ ਕਾਨੂੰਨ ਦੋ ਕਾਨੂੰਨ ਜੋ ਨੇ ਆਮੋ ਸਾਹਮਣੇ ਹੋ ਗਏ ਇੱਕ ਪਾਸੇ ਦਾ ਕਾਨੂੰਨ ਸਾਡੇ ਪੰਜਾਬ ਵਿੱਚ ਲਾਗੂ ਹੋਇਆ ਕਿ 25 ਲੋਕ ਜਿਹੜੇ ਕਿ ਜਿਹੜੇ ਕਿ 50 ਲੋਕ ਨੇ ਉਹ ਵਿਆਹ ਦੇ ਵਿੱਚ ਆ ਸਕਦੇ ਨੇ ਉੱਥੇ ਹੀ ਦਾਜ ਵਿਰੋਧੀ ਕਿ ਦਾਜ ਦੇ ਕਰਕੇ ਵੀ ਜੋ ਲੜਕੀ ਪਰਿਵਾਰ ਆ ਉਸ ਦੇ ਉੱਪਰ ਜ਼ਿਆਦਾ ਬੋਝ ਨਾ ਪਵੇ ਤਾਂ 25 ਲੋਕ ਵਿਆਹ ਦੇ ਵਿੱਚ ਆ ਸਕਦੇ ਨੇ ਪਰ ਦੋ ਕਾਨੂੰਨ ਉਹਨਾਂ ਨੇ ਕਹਿ ਕੇ ਆਮੋ ਸਾਹਮਣੇ ਹੋ ਗਏ ਤੇ ਜਦੋਂ 50 ਲੋਕਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਤਾਂ ਉਹਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਹੋਰ ਜ਼ਿਆਦਾ ਤੇਜ਼ੀ ਨਾਲ ਫੈਲ ਸਕਦਾ ਹੈ ਤੇ ਇਸ ਦੇ ਉੱਪਰ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ ਸੋ ਫਿਲਹਾਲ ਇਹਦੇ 'ਤੇ ਰੋਕ ਲੱਗ ਗਈ ਤੇ ਇਸ ਦੇ ਉੱਪਰ ਹੁਣ ਅਗਲਾ ਫੈਸਲਾ ਕੀ ਨਿਕਲ ਕੇ ਆਉਂਦਾ ਉਦੋਂ ਤੱਕ ਇਹ ਲੋਕ 25 ਰਹਿਣਗੇ ਜਾਂ 50 ਰਹਿਣਗੇ ਇਸ ਦਚਿੱਤੀ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਲੋਕ ਫੈ ਚੁੱਕੇ ਆਂ ਸੋ ਹੁਣ ਉਮੀਦ ਹੈ ਕਿ ਇਸ ਦੇ ਉੱਪਰ ਜਲਦ ਫੈਸਲਾ ਨਿਕਲ ਕੇ ਆਵੇਗਾ ਜਦੋਂ ਫੈਸਲਾ ਆਵੇਗਾ ਉਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਬਰਾਤ ਚ ਕਿੰਨੇ ਕੁ ਬਰਾਤੀ ਤਿਆਰ ਹੋ ਕੇ ਜਨ ਚੜ ਸਕਦੇ ਆ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਚੱਲਿਆ ਜਾ ਰਿਹਾ ਹੈ ਜਿਸ ਕਰਕੇ ਚਿੰਤਾ ਬਣੀ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਭਾਰਤ ਜਿਹੜਾ ਕਿ ਤੇਜ਼ੀ ਦੇ ਨਾਲ ਇੱਕ ਨੰਬਰ ਵੱਲ ਵਧਦਾ ਜਾ ਰਿਹਾ ਤੇ ਅੱਜ ਚੌਥੇ ਪਾਇਦਾਨ ਦੇ ਉੱਪਰ ਭਾਰਤ ਕਰੋਨਾ ਵਾਇਰਸ ਨੂੰ ਲੈ ਕੇ ਖੜਾ ਤੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਜੋ ਕੇਸ ਨੇ ਦਿਨ ਪ੍ਰਤੀ ਦਿਨ ਵਾਧੇ ਚਲੇ ਜਾ ਰਹੇ ਨੇ ਜੋ ਇੱਕ ਵੱਡੀ ਚਿੰਤਾ ਬਣ ਗਈ ਹੈ ਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਮੁੜ ਲਾਕਡਾਊਨ ਲਗਾਇਆ ਜਾ ਸਕਦਾ ਇੱਕ ਵੱਡਾ ਸੰਕੇਤ ਉਹਨਾਂ ਵੱਲੋਂ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਕੇਸ ਨੇ ਉਹ ਵਧੇ ਜਾ ਰਹੇ ਨੇ ਸਿਹਤ ਮੰਤਰੀ ਨੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਵਾਧਰੇ ਕਰੋਨਾ ਕੇਸਾਂ ਨੂੰ ਕਾਬੂ ਕਰਨ ਵਾਸਤੇ ਲੋਕਡਾਊਨ ਦੇ ਅੰਦਰ ਸਖਤੀ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਸਖਤੀ ਹੋ ਵੀ ਸਕਦੀ ਹੈ ਤੇ ਹਾਲੇ ਤੱਕ ਪੰਜਾਬ ਦੇ ਹਾਲਾਤ ਬਾਕੀ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਚੰਗੇ ਨੇ ਪਰ ਦਿੱਲੀ ਤੋਂ ਜਿਹੜੀ ਆਵਾਜ਼ਾਈ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਹੀ ਪਰੇਸ਼ਾਨੀ ਹੈ ਜੇ ਦਿੱਲੀ ਦੇ ਲੋਕ ਪੰਜਾਬ 'ਚ ਆਉਣਾ ਨਹੀਂ ਹਟਦੇ ਤਾਂ ਪੰਜਾਬ ਦੇ ਵਿੱਚ ਵੀ ਦਿੱਲੀ ਵਾਲਾ ਹਾਲ ਬਹੁਤ ਜਲਦੀ ਹੋ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਅੱਜ ਬਣੇ ਹੋਏ ਨੇ ਇਹਨਾਂ ਨੂੰ ਆਪਾਂ ਇੱਕ ਚੰਗੇ ਹਾਲਾਤ ਕਹਿ ਸਕਦੇ ਹਾਂ ਨਾਲ ਗੁਆਂਡੀ ਸੂਬਾ ਹਰਿਆਣਾ ਹਰਿਆਣੇ ਦੇ ਵਿੱਚ ਵੀ ਜਿਹੜੇ ਕੀ ਕੋਰੋਨਾ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪੰਜਾਬ ਇੱਕ ਇਦਾਂ ਦੀ ਸਟੇਟ ਹੈ ਜਿਹੜਾ ਅਜੇ ਤੱਕ ਬਚਿਆ ਹੋਇਆ ਕੋਰੋਨਾ ਦੇ ਸੰਕਰਮਿਤ ਕਰਕੇ ਪਰ ਜੇ ਦਿੱਲੀ ਦੀ ਆਵਾਜ਼ਾਈ ਨਾ ਰੁਕੀ ਗਈ ਤਾਂ ਬਲਵੀਰ ਸਿੱਧੂ ਨੇ ਕਿਹਾ ਕਿ ਬਹੁਤ ਜਲਦ ਆਪਣਾ ਸੂਬਾ ਵੀ ਕੋਰੋਨਾ ਦੀ ਚਪੇਟ ਵਿੱਚ ਆ ਸਕਦਾ ਹੈ ਮਰੀਜ਼ਾਂ ਦੀ ਗਿਣਤੀ ਜਿਹੜੀ ਕਿ ਬਹੁਤ ਜ਼ਿਆਦਾ ਹੋ ਸਕਦੀ ਹੈ ਤੇ ਆਊਟ ਆਫ ਕੰਟਰੋਲ ਕਰੋਨਾ ਵਾਇਰਸ ਪੰਜਾਬ 'ਚ ਹੋ ਸਕਦਾ ਹੈ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਲਦ ਪੰਜਾਬ ਸਰਕਾਰ ਬਾਰਡਰ ਦੇ ਉੱਪਰ ਕੋਈ ਵੱਡੀ ਗਤੀਵਿਧੀ ਕਰ ਸਕਦੀ ਹੈ ਤੇ ਦਿੱਲੀ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਵੜਨੋਂ ਰੋਕ ਸਕਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਲਾਕਡਾਊਨ ਦੌਰਾਨ ਸਖਤੀ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਨੇ ਕੱਲ ਬਲਾਈਸੀ ਸਰਵ ਪਾਰਟੀ ਮੀਟਿੰਗ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਛੱਡ ਕੇ ਬਾਕੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕੇਂਦਰ ਦੇ ਜੋ ਆਰਡੀਨੈਂਸ ਪਾਸ ਕੀਤੇ ਗਏ ਨੇ ਕਿਸਾਨ ਵਿਰੋਧੀ ਦੱਸਦਿਆਂ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਤੁਹਾਨੂੰ ਅੰਦਾਜ਼ੇ ਕਿ ਇਸ ਦਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕਸੂਤੀ ਜਾ ਰਹੀ ਹੈ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿਸਾਨਾਂ ਵਾਸਤੇ ਉਹ ਕੁਰਬਾਨੀ ਦੇਣ ਵਾਸਤੇ ਤਿਆਰ ਨਹੀਂ ਹਰ ਵਾਰ ਅਕਸਰ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੇ ਬਿਆਨ ਦਿੰਦੀ ਹੈ ਕਿ ਅਸੀਂ ਕਿਸਾਨਾਂ ਵਾਸਤੇ ਕੁਰਬਾਨੀ ਦੇਵਾਂਗੇ ਪਰ ਉਥੇ ਹੀ ਦੂਜੇ ਪਾਸੇ ਕੇਂਦਰੀ ਆਰਡੀਨੈਂਸਾਂ ਦਾ ਸਪਸ਼ਟ ਤੌਰ ਤੇ ਵਿਰੋਧ ਨਾ ਕਰਕੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕਰੀਬ 3.4 ਘੰਟੇ ਚੱਲੀ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੀ ਹੈ ਤੇ ਹੁਣ ਇਹ ਸਮਰਥਨ ਜੋ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਕੀਤਾ ਗਿਆ ਕਿਤੇ ਨਾ ਕਿਤੇ ਦੋਗਲੀ ਨੀਤੀ ਦਾ ਇੱਕ ਵੱਡਾ ਬਲੇਮ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਿਰ ਦੇ ਉੱਪਰ ਲੱਗ ਰਿਹਾ ਹੈ ਮੀਟਿੰਗ ਦੇ ਵਿੱਚ ਆਰਡੀਨੈਂਸ ਰੱਦ ਕਰਨ ਤੇ ਸਮੂਹ ਪਾਰਟੀਆਂ ਸਾਂਝੇ ਵਫਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਇੱਕ ਮਤਾ ਪਾਸ ਕੀਤਾ ਗਿਆ ਉਹ ਕਹਿੰਦੇ ਜੀ ਅਸੀਂ ਮੋਦੀ ਸਾਹਿਬ ਕੋਲ ਜਾਵਾਂਗੇ ਕੇਂਦਰੀ ਆਰਡੀਨੇਸਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮਤਾ ਜੋ ਹੈ ਉਹ ਪਾਸ ਕੀਤਾ ਗਿਆ ਤੇ ਇਸ ਅਕਾਲੀ ਦਲ ਬੀਜੇਪੀ ਤੋਂ ਬਿਨਾ ਜਿਹੜਾ ਕਿ ਬਾਕੀ ਸਾਰੀ ਧਿਰਾਂ ਨੇ ਇਸ ਮਾਮਲੇ ਦੇ ਉੱਪਰ ਮੋਹਰ ਲਾਤੀ ਹੈ। ਸੋ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਰਬ ਪਾਰਟੀ ਜੋ ਮੀਟਿੰਗ ਸੀਸ ਦੇ ਵਿੱਚ ਤਾਂ ਪਹੁੰਚੀ ਨਹੀਂ ਪਰ ਹੁਣ ਕੀ ਕਹਿਣਗੇ ਅਕਾਲੀ ਦਲ ਦੇ ਵੱਡੇ ਬੁਲਾਰੇ ਖਾਸ ਕਰਕੇ ਚੀਮਾ ਸਾਹਿਬ ਵੀ ਗੱਲ ਕੀਤੀ ਜਾਵੇ। ਵਿਕਰਮ ਸਿੰਘ ਮਜੀਠੀਆ ਸਖਵੀਰ ਸਿੰਘ ਬਾਦਲ ਕੀ ਆਪਕੋ ਆਪਣੀਆਂ ਸਪਾਈਆਂ ਦੇਣਗੇ ਇਹ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਖੋਲਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਕੋਈ ਯੋਜਨਾ ਤੁਹਾਡੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਕਰਜ਼ਾ ਨਾ ਮਿਲ ਕਰਕੇ ਤੁਹਾਨੂੰ ਵੱਡੀ ਸਮੱਸਿਆ ਬਣੀ ਹੋਈ ਹੈ ਕਰਜ਼ਾ ਨਹੀਂ ਕਿਸੇ ਪਾਸੇੋਂ ਮਿਲ ਰਿਹਾ ਤਾਂ ਤੁਹਾਡੀ ਇਹ ਸਮੱਸਿਆ ਦਾ ਹੱਲ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਢਿਆ ਜਾ ਰਿਹਾ ਉਹਨਾਂ ਵੱਲੋਂ ਇਹਨਾਂ ਲੋਕਾਂ ਵਾਸਤੇ ਇੱਕ ਵੱਡਾ ਜੋ ਆਫਰ ਦਿੱਤਾ ਜਾ ਰਿਹਾ ਹੈ ਤੇ ਇਸ ਆਫਰ ਦੇ ਵਿੱਚ ਕੀ ਕੀ ਫਾਇਦੇ ਹੋਣਗੇ ਇਸ ਬਾਰੇ ਜਰੂਰ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਰੋਨਾ ਵਾਇਰਸ ਅਤੇ ਲਾਕਡਾਊਨ ਦੇ ਕਾਰਨ ਮੋਦੀ ਸਰਕਾਰ ਨੇ ਮੁਦਰਾ ਸ਼ਿਸ਼ੂ ਯੋਜਨਾ ਦੇ ਜੋ ਤਹਿਤ ਲੋਨ ਦੇ ਵਿਆਜ ਦਰਾਂ ਦੇ ਵਿੱਚ 2% ਤੱਕ ਛੋਟ ਦਿੱਤੀ ਹੈ ਸਰਕਾਰ ਵੱਲੋਂ ਲੋਨ 'ਚ ਦਿੱਤੀ ਗਈ ਇਹ ਛੋਟ ਦਾ ਫਾਇਦਾ ਦੇਸ਼ 'ਚ ਇੱਕ ਨਹੀਂ ਦੋ ਨਹੀਂ ਬਲਕਿ 9 ਕਰੋੜ 37 ਲੱਖ ਲੋਕਾਂ ਨੂੰ ਮਿਲੇਗਾ ਤੇ ਲੋਨ ਦੇ ਮੁੱਖ ਰੂਪ ਵਿੱਚ ਦੁਕਾਨ ਖੋਲ੍ਹਣੀ ਆ ਤੁਸੀਂ ਰੇੜੀ ਲਾਉਂਦੇ ਹੋ ਜਾਂ ਫਿਰ ਕਿਸੇ ਤਰ੍ਹਾਂ ਦਾ ਛੋਟਾ ਕੰਮਕਾਰ ਕਰਦੇ ਹੋ ਲੋਨ ਵਪਾਰਕ ਬੈਂਕਾਂ ਦੇ ਜੋ ਸਮਾਲ ਫਾਈਨੈਂਸਰ ਬੈਂਕ ਨੇ ਉਹਨਾਂ ਦੇ ਵਿੱਚ ਐਮ ਐਫ ਆਈ ਅਤੇ ਐਨ ਬੀ ਐਫ ਸੀ ਵੱਲੋਂ ਦਿੱਤਾ ਜਾਂਦਾ ਤੇ ਇਸ ਯੋਜਨਾ ਵਿੱਚ ਬਿਨਾਂ ਕਿਸੇ ਗਾਰੰਟੀ ਦੇ ਇਹ ਲੋਨ ਜਿਹੜਾ ਕਿ ਤੁਹਾਨੂੰ ਹੁਣ ਦਿੱਤਾ ਜਾਊਗਾ ਇਸ ਯੋਜਨਾ ਦੇ ਤਹਿਤ ਤੁਸੀਂ ਛੋਟੇ ਕੰਮਕਾਰ ਕਰਨਾ ਚਾਹੁੰਦੇ ਹੋ ਤਾਂ 50000 ਰੁਪਏ ਤੱਕ ਦਾ ਲੋਨ ਜਿਹੜਾ ਕਿ ਹੁਣ ਸੈਂਟਰ ਸਰਕਾਰ ਵੱਲੋਂ ਤੁਹਾਨੂੰ ਦਿੱਤਾ ਜਾਊਗਾ ਇਸ ਯੋਜਨਾ ਦੇ ਵਿੱਚ 9 ਤੋਂ 12 ਫੀਸਦੀ ਤੱਕ ਵਿਆਜ ਲੱਗਦਾ ਹੈ ਜਿਸ ਵਿੱਚ ਸਰਕਾਰ ਹੁਣ 2% ਦੀ ਛੋਟ ਦੇਊਗੀ ਮੁਦਰਾ ਯੋਜਨਾ ਦੇ ਤਹਿਤ ਲੋਨ ਲੈਣ ਵਾਲੇ ਵਿਅਕਤੀ ਨੂੰ ਵਿਆਜ ਵਿੱਚ ਇਹ ਛੋਟ 1 ਜੂਨ 2020 ਤੋਂ 31 ਮਈ 2021 ਤੱਕ ਜਿਹੜੀ ਕਿ ਮਿਲ ਸਕਦੀ ਹੈ ਤੇ ਇਸ ਦੇ ਵਿੱਚ ਇੱਕ ਸਾਲ ਦੇ ਅੰਦਰ 1540 ਰੁਪਏ ਦੀ ਜਿਹੜਾ ਖਰਚਾ ਤੁਹਾਡਾ ਹੋਊਗਾ ਸੋ ਇਹ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਕਾਰੋਬਾਰ ਬਿਜ਼ਨਸ ਨੂੰ ਚਲਾਉਣਾ ਹੈ ਤੇ ਉਹਨਾਂ ਵਾਸਤੇ ਇਹ ਵੱਡੀ ਆਫਰ ਜੋ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤੇ ਇਸ ਦਾ ਵੱਡਾ ਫਾਇਦਾ ਹੁਣ ਲੋਕ ਚੱਕਣਗੇ CBSE ਬੋਰਡ ਦੀ ਪ੍ਰੀਖਿਆ ਬਾਰੇ ਵੱਡੀ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੇ ਵਾਧਰੇ ਮਾਮਲਿਆਂ ਦੇ ਬੱਦੇ ਨਜ਼ਰ ਕੇਂਦਰੀ ਸਕੈਂਡਰੀ ਸਿੱਖਿਆ ਯਾਨੀ CBSE 1 ਜੂਨ ਜੁਲਾਈ ਤੋਂ 15 ਜੁਲਾਈ ਤੱਕ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਜੋ ਪ੍ਰੀਖਿਆਵਾਂ ਨੇ ਰੱਦ ਕਰਨ ਦਾ ਉਹਨਾਂ ਵੱਲੋਂ ਫੈਸਲਾ ਕਰ ਲੱ타 ਗਿਆ ਹੈ। ਬੋਰਡ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਆਪਣੇ ਫੈਸਲੇ ਦੀ ਜੋ ਜਾਣਕਾਰੀ ਉਹਨਾਂ ਨੇ ਦਿੱਤੀ ਹੈ CBSE ਦੀਆਂ ਜੋ ਐਗਜ਼ਾਮਸ ਹਨ ਉਹ ਮੁਲਤ ਕਰ ਦਿੱਤੇ ਗਏ ਨੇ ਪ੍ਰੀਖਿਆਵਾਂ ਜੁਲਾਈ ਤੋਂ 15 ਜੁਲਾਈ ਤੱਕ ਚੱਲਣੀਆਂ ਸਨ ਪਰ ਕੁਝ ਕੁ ਮਾਪਿਆਂ ਨੇ ਪ੍ਰੀਖਿਆਵਾਂ 'ਵਾਂ ਰੱਦ ਕਰਨ ਵਾਸਤੇ ਸੁਪਰੀਮ ਕੋਰਟ ਦੇ ਅੰਦਰ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ CBSE ਨੂੰ ਪੁੱਛਿਆ ਸੀ ਕਿ ਪ੍ਰੀਖਿਆ ਰੱਦ ਕੀਤੀ ਜਾ ਸਕਦੀ ਹੈ ਤਾਂ ਇਸ ਤੋਂ ਬਾਅਦ ਬੋਰਡ ਨੇ ਹੁਣ ਆਪਣਾ ਜਵਾਬ ਦਾਖਲ ਕਰਦੇ ਆ 10ਵੀਂ ਤੇ 12ਵੀਂ ਜਵਾਬ ਦੀਆਂ ਬਾਕੀ ਪ੍ਰੀਖਿਆਵਾਂ 'ਵਾਂ ਰੱਦ ਕਰਨ ਦਾ ਫੈਸਲਾ ਅਦਾਲਤ ਦੇ ਵਿੱਚ ਦੱਸਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਸਥਿਤੀ ਸੁਧਾਰਨ ਹੈ ਤਾ 12ਵੀਂ ਦੀਆਂ ਜੋ ਪ੍ਰੀਖਿਆਵਾਂ ਵਾਸਤੇ ਮੁਲਾਂਕਣ ਕੀਤਾ ਜਾ ਸਕਦਾ ਹੈ ਮੁਲਾਂਕਣ 12ਵੀਂ ਜਮਾਤ ਦੀ ਜੋ ਪ੍ਰੀਖਿਆਵਾਂ ਨੇ ਪਿਛਲੇ 3 ਸਾਲ ਦੀਆਂ ਜੋ ਪ੍ਰੀਖਿਆਵਾਂ ਨੇ ਤਿੰਨ ਪ੍ਰੀਖਿਆਵਾਂ ਦੇ ਆਧਾਰ ਦੇ ਉੱਪਰ ਹੀ ਜਿਹੜਾ ਕਿ ਹੁਣ ਇਹ ਇਹਦਾ ਫੈਸਲਾ ਕੀਤਾ ਜਾਊਗਾ ਸੋ ਤੋਂ ਅੰਦਾਜ਼ੇ ਕੋਵਿਡ-19 ਦੇ ਮੱਦੇ ਨਜ਼ਰ ਜਿੱਥੇ ਪੂਰੇ ਦੇਸ਼ ਭਾਰ ਦੇ ਵਿੱਚ ਸਕੂਲ ਦੇ ਬੱਚਿਆਂ ਵਾਸਤੇ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਹੈ ਉਹਨਾਂ ਵੱਲੋਂ ਪੇਪਰ ਜੋ ਦਿੱਤੇ ਗਏ ਨੇ ਜੋ ਰਹਿ ਗਏ ਨੇ ਇਹਨਾਂ ਦੇ ਵਿੱਚ CBSE ਦੇ ਕਾਫੀ ਬੱਚੇ ਸਨ ਜਿਨ੍ਹਾਂ ਨੂੰ ਹੁਣ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਸੀ ਕਿ ਉਹ ਹੁਣ ਇਸ ਨੂੰ ਲੈ ਕੇ ਕੀ ਕਰਨਗੇ ਪਰ ਇਹ ਇੱਕ ਵੱਡਾ ਫੈਸਲਾ ਕੱਲ ਕੋਰਟ ਵੱਲੋਂ ਕਰ ਦਿੱਤਾ ਗਿਆ ਕੱਲ ਦਾ ਦਿਨ ਬੜਾ ਖਾਸ ਰਿਹਾ ਜਿੱਥੇ ਬਠਿੰਡਾ ਦੇ ਅੰਦਰ ਆਮ ਆਦਮੀ ਪਾਰਟੀ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਸਥਾਨਕ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਨੂੰ ਬੰਦ ਕਰਨ ਤੋਂ ਬਾਅਦ ਇਹਦੇ ਨਾਂ ਬੋਲਦੀ ਜੋ ਜ਼ਮੀਨ ਹੈ 1764 ਏਕੜ ਪੰਜਾਬ ਸਰਕਾਰ ਨੇ ਪੁੱਡਾ ਦੇ ਹਵਾਲੇ ਕਰਨ ਦਾ ਜੋ ਫੈਸਲਾ ਕੀਤਾ ਇਸ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਲਗਾਤਾਰ ਵੱਧ ਰਿਹਾ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਵਿੱਤ ਮੰਤਰੀ ਮਰਪਰੀ ਸਿੰਘ ਬਾਦਲ ਸਰਕਾਰ ਦੀ ਜਿਹੜੀ ਆਰਥੀ ਫੂਕ ਸਮੋ ਇੱਕ ਮਜਾਰਾ ਕੀਤਾ ਸੀ ਤੇ ਹੁਣ ਕੱਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਤ ਮੰਤਰੀ ਮਰਪਰੀ ਸਿੰਘ ਬਾਦਲ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਤੇ ਗੋਲ ਡਿੱਗੀ ਕੋਲ ਧਰਨਾ ਲਾ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਟੇਡੀਅਮ ਸਥਿਤ ਕੋਲ ਜੋ ਦਫਤਰ ਹੈ ਉਹਦੇ ਵਿੱਚ ਇਹ ਉਹਦੇ ਨੇੜੇ ਜਾ ਕੇ ਐਲਾਨ ਕੀਤਾ ਕਿ ਪ੍ਰਦਰਸ਼ਨ ਉਂਝਦਾ ਜਿਉਂ ਚੱਲਦਾ ਰਹੂਗਾ ਪਰ ਉਹਨਾਂ ਨੇ ਕਿਹਾ ਕਿ ਵਰਕਰ ਜੋ ਨੇ ਇਸ ਫੈਸਲੇ ਦੇ ਸਖਤ ਖਿਲਾਫ ਨੇ ਉਹਨਾਂ ਨੇ ਕਿਹਾ ਕਿ ਅਸੀਂ ਦਫਤਰ ਦਾ ਘਰਾਓ ਕਰਾਂਗੇ ਘਰਾਓ ਕਰਨ ਵਾਸਤੇ ਜਦੋਂ ਸਮੂਹ ਦੇ ਵਿੱਚ ਇਹ ਵਰਕਰ ਤੁਰੇ ਤਾਂ ਅੱਗੇ ਪੁਲਿਸ ਵਾਲੇ ਮਸਤੈਦੀ ਦੇ ਨਾਲ ਤਿਆਰੀ 'ਚ ਬੈਠੇ ਸੀ ਤੇ ਪਾਰਟੀ ਦੇ ਆਗੂਆਂ ਰਸਤੇ ਦੇ ਵਿੱਚ ਰੋਕ ਲਿਆ ਬੈਰੀਕੇਟਰ ਲਾ ਦਿੱਤੇ ਉੱਥੇ ਤੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਬੈਰੀਕੇਟਰ ਲਾ ਕੇ ਰੋਕਣ ਤੋਂ ਬਾਅਦ ਕਹਾ ਸੁਣੀ ਹੋਈ ਆ ਧੂਕੜੀਸ ਵੀ ਉੱਥੇ ਹੋਈ ਆ ਆਮ ਆਦਮੀ ਪਾਰਟੀ ਦੇ ਪੁਲਿਸ ਵਾਲਿਆਂ ਦੇ ਵਿੱਚ ਉਸ ਤੋਂ ਬਾਅਦ ਹਾਲਾਤ ਜਿਹੜੇ ਕਿ ਕਾਬੂ 'ਚ ਨਾ ਹੁੰਦੇ ਦੇਖ ਮੌਕੇ ਤੇ ਪਹੁੰਚੇ ਬਠਿੰਡੇ ਦੇ ਐਸ ਡੀ ਐਮ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਹ ਮੰਗ ਪੱਤਰ ਲੱਤਾ ਤੇ ਵੱਡੀ ਗਿਣਤੀ ਵਿੱਚ ਜੋ ਇਕੱਠ ਸੀ ਵਰਕਰਾਂ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਰੁੱਧ ਨਾਰੇਬਾਜ਼ੀ ਵੀ ਲਾਣੀ ਸ਼ੁਰੂ ਕੀਤੀ ਹੈ। ਸੋ ਉਹ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਥਰਮਲ ਪਲੈਂਟ ਨੂੰ ਲੈ ਕੇ ਕੁਝ ਦਿਨ ਪਹਿਲਾਂ ਕੈਬਨਟ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਇੱਥੇ ਇੱਕ ਵੱਡੀ ਇੰਡਸਟਰੀਅਲ ਹੱਬ ਤਿਆਰ ਕੀਤੀ ਜਾਊਗੀ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪਰ ਹੁਣ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬੀ ਗੱਲਬਾਤ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਕਾ ਤੁਸੀਂ ਸਾਡੀ ਵੈਬਸਾਈਟ www.arznewswala.com ਦੇ ਉੱਪਰ ਵੀ ਜਾ ਸਕਦੇ ਆ ਉੱਥੇ ਜਾ ਕੇ ਤਮਾਮ ਜਾਣਕਾਰੀ ਤੁਸੀਂ ਲੈ ਸਕਦੇ ਹੋ ਤੇ ਭਰਨਜੀਤ ਸਿੰਘ ਭਗਰੇਨ ਦੋਜਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ